ਵਿਚਾਰੇ ਸੀ, ਚੌਥੀ ਕਰਵਾਸ ਪੜ੍ਹਦੀ ਸੀ ਅਤੇ ਮੇਰਾ ਖਾਵਨ ਜਿਹੜਾ ਨਾ ਉਹ ਜ਼ਿਆਰਤੀ ਕੀਤੀ, ਪੁੱਛੇ ਨਿਸੂ ਉਸ ਮੈਥੋਂ ਪੁੱਛਿਆ ਦੱਸਿਆ ਜ਼ੋਰੋਵੰਦ ਸ਼ਾਦੀ ਕਰ ਲਈ ਸੋ, ਜ਼ੋਰੋਵੰਦ ਸ਼ਾਦੀ ਕਰਕੇ ਰੋਂਦੀ ਚੀਕਦੀ ਰਹੀ ਹੈ ਅਤੇ ਆਖਦਾ ਬਈ ਆਪ ਮੈਂ ਨਿਕਾਹ ਪੜਿਆ, ਮੈਂ ਆਪ ਨਿਕਾਹ ਪੜਿਆ, ਇਹ ਬੱਚੀ ਵੀ ਨਹੀਂ ਨਿਕਾਹ ਪੜਿਆ, ਰੋਂਦੀ ਚੀਕਦੀ ਲੈ ਗਏ ਹੈ ਨੂੰ ਆਪਣੇ ਸਹੁਰੇ ਦੇ ਗਾਰੋ ਅਤੇ ਆਖਦਾ ਬਈ ਪਿਸਤੌਲ ਦਰਿਆ ਆਈ ਸੂ ਅਤੇ ਉਹ ਬੱਚੀ ਜਿਹੜੀ ਨਾ ਉਹ ਰੋਂਦੀ ਰੋਂਦੀ ਉਹ ਅੱਗੇ ਅੱਗੇ ਲੱਗ ਕੇ ਚਲੀ ਗਈ ਹੈ, ਸਾਰੀ ਬਿਰਾਦਰੀ ਵੀ ਸੀ ਅਤੇ ਮੁੜ ਬੱਚੀ ਜਿਹੜੀ ਹੈ ਨਾ ਹੱਥ ਵੀ ਬੱਧੇ ਪੈਰ ਵੀ ਬੱਧੇ ਹਨ, ਉਹ ਆਖਦੀ ਹੈ ਵੀ ਅੱਬੂ ਅੱਲਾਹ ਦੇ ਵਾਸਤੇ ਹੀ ਮੈਂ ਸ਼ਾਦੀ ਨਹੀਂ ਕਰੇਣੀ, ਮੈਂ ਨਹੀਂ ਕਰੇਣੀ, ਅਤੇ ਉਹ ਆਖਦਾ ਮੈਂ ਘਰ ਖਾਲੀ ਕਰਾਉਣਾ ਹੈ, ਬਈ ਬੱਚੀਆਂ ਜਿਹੜੀਆਂ ਨਾ ਇਹ ਟਿਕਾਣੇ ਲੱਗ ਜਾ ਸਨ ਅਤੇ ਬਸ ਤੁਹਾਡੀ ਮਾਂ ਜਿਹੜੀ ਧੱਕੇ ਦੇਣੇ ਹੈ, ਮੈਂ ਧੱਕੇ ਦੇ ਸਾਂ ਗਿਆ ਜੀ ਆ ਜੀ ਅਸੀਂ ਜੀ ਅਸੀਂ ਆਖਦੇ ਇਸੇ ਬਈ ਸਾਨੂੰ ਜਿਹੜੀ ਕਹਿ ਚੀਜ਼ ਸਾਨੂੰ ਚਾਹੀਦੀ ਹੈ ਜੀ ਇਨਸਾਫ ਸਾਨੂੰ ਚਾਹੀਦਾ ਹੈ, ਮਿਹਰਬਾਨੀ ਇਨਸਾਫ ਸਾਨੂੰ ਚਾਹੀਦਾ ਹੈ, ਬਹੁ ਜ਼ਿਆਰਤੀਆਂ ਕੀਤੀਆਂ ਸੀ, ਬਹੁ ਜ਼ਬਰਦਸਤੀਆਂ ਕੀਤੀਆਂ ਸੀ ਸੂ, ਮੇਰੇ ਦੰਦ ਤੋੜ ਛੱਡੇ ਸੋ ਅਤੇ ਮੇਰੇ ਆਹ ਗਿੱਟੇ ਕੱਢ ਛੱਡੇ, ਗੋਡੇ ਕੱਢ ਛੱਡੇ ਹੀ ਸੂ, ਅਤੇ ਮੈਂ ਬੱਚੀ ਜਿਹੜੀ ਹੈ ਨਾ ਜ਼ੋਰੋਂ ਵੰਧ ਲੈ ਕੇ ਆਏ, ਨਹੀਂ ਸੂ ਸਲਾਹ ਕੀਤੀ, ਨਹੀਂ ਸੂ ਕੌਲੀ ਪੀਣ ਵਾਲੀ ਵੀ ਨਹੀਂ ਸੂ ਦਿੱਤੀ ਬੱਚੀਆਂ ਨੂੰ। ਮੇਰੇ ਨਾਲ ਅੱਬੂ ਬਹੁਤ ਜ਼ਿਆਰਤੀਆਂ ਕੀਤੀਆਂ, ਮੈਂ ਸ਼ਾਦੀ ਨਾ ਸੂ ਕਰਨਾ ਚਾਹੁੰਦੀ, ਮੈਨੂੰ ਮੰਮੀ ਆਪਣੇ ਚਾਚੇ ਨਾਲ ਲੈ ਉਹਦੇ ਉਹਨਾਂ ਦੇ ਘਰ ਟੁਰ ਗਈ, ਉਹਨੂੰ ਚਾਚੇ ਮੈਨੂੰ ਆਪਣੀ ਅੱਬੂ ਦੇ ਘਰ ਫਿਰ ਛੋੜਿਆ, ਆਉਂਦਾ ਤੂੰ ਸ਼ਾਦੀ ਕਰਨੀ ਨਿਕਾਹ ਵੀ ਮੈਂ ਕੋਈ ਨਹੀਂ ਪੜਿਆ ਹੋਇਆ, ਪਹਿਲੇ ਅੱਬੂ ਮੈਨੇ ਜ਼ਿਆਰਤੀ ਕੀਤੀ, ਉਸ ਕਮਰੇ ਵਿੱਚ ਜਾ ਕੇ ਪਿਸਤੌਲ ਵਿੱਚ ਗੋਲੀ ਪਾਈ ਸੋ ਅਤੇ ਆਉਂਦਾ ਜਿਵੇਂ ਮੈਂ ਤੈਨੂੰ ਆਖਣਾ ਉਵੇਂ ਕਰਨਾ, ਮੈਂ ਅੱਬੂ ਦੀ ਗੋਦ ਵਿੱਚ ਕੁਰਾਨ ਵੀ ਰੱਖਿਆ, ਆਉਂਦਾ ਤੂੰ ਨਹੀਂ ਜਿਵੇਂ ਮੈਂ ਆਖਣਾ ਉਵੇਂ ਕਰਨਾ, ਅਤੇ ਉਹਨੇ ਮੇਰੀ ਕਹਿ ਪਹਿਲਾਂ ਮੁੜ ਅੱਬੂ ਕੀਤਾ, ਮੁੜ ਜਿਹੜਾ ਮੇਰੇ ਅੱਬੂ ਸ਼ਾਦੀ ਉਹਦੇ ਨਾਲ ਕਰਵਾਈ, ਮੁੜ ਉਸ ਮੇਰੇ ਨਾਲ ਕੀਤਾ, ਚਾਚਾ ਵੀ ਵੇਂਦਾ ਰਿਹਾ, ਮਿੱਤਰੇ ਮਾਂ ਵੀ ਵੇਂਦੀ ਰਹੀ, ਉਹਨਾਂ ਹੱਥ ਪੈਰ ਵੀ ਬੰਦੇ ਹੋਏ ਹਨ, ਅਤੇ ਉਹਨਾਂ ਮੁੜ ਮੇਰੀ ਸਟੰਗ 'ਤੇ ਵੀ ਮੈਨੂੰ ਮਾਰਿਆ, ਅਤੇ ਉਹਨਾਂ ਮੈਨੂੰ ਇੱਥੇ ਗਲ 'ਤੇ ਵੀ ਜ਼ਖਮ ਕੀਤਾ, ਅਤੇ ਕਵਰ 'ਤੇ ਵੀ ਉਹਨਾਂ ਮੈਨੂੰ ਮਾਰਿਆ, ਅਤੇ ਉਹਨਾਂ ਮੋਢੇ 'ਤੇ ਵੀ ਮੈਨੂੰ ਬੜਾ ਮਾਰਿਆ। ਜੀ